ਹੋਲੀ ਰੰਗਾਂ ਦਾ ਤਿਉਹਾਰ ਹੈ, ਪਰ ਇਸ ਸ਼ਹਿਰ 'ਚ ਲੋਕਾਂ ਨੇ ਵੱਖਰੇ ਹੀ ਢੰਗ ਨਾਲ ਹੋਲੀ ਦੇ ਤਿਉਹਾਰ ਨੂੰ ਸੈਲੀਬ੍ਰੇਟ ਕੀਤਾ। ਟਮਾਟਰਾਂ ਨਾਲ ਹੋਲੀ ਖੇਡ ਕੇ ਵੀਅਤਨਾਮ ਦੀ ਤਰਸ 'ਤੇ ਟਮਾਟਰਾਂ ਨਾਲ ਹੋਲੀ ਖੇਡੀ ਗਈ ਹੈ। ਇਸ ਸਮਾਗਮ 'ਚ ਹਰ ਉਮਰ ਦੇ ਵਿਅਕਤੀ ਨੇ ਭਾਗ ਲਿਆ, ਖਾਸ ਕਰ ਨੌਜਵਾਨਾਂ ਅਤੇ ਬੱਚਿਆਂ ਨੇ ਟਮਾਟਰਾਂ ਦੀ ਹੋਲੀ ਦਾ ਖੂਬ ਲੁਫ਼ਤ ਉਠਾਇਆ। ਇਸ ਮੌਕੇ ਵੱਖ ਵੱਖ ਪੰਜਾਬੀ ਅਤੇ ਹਿੰਦੀ ਗੀਤਾਂ 'ਤੇ ਨੌਜਵਾਨ ਲੜਕੇ ਲੜਕੀਆਂ ਥਿਰਕਦੇ ਵੀ ਨਜ਼ਰ ਆਏ। ਇਹ ਟਮਾਟਰਾਂ ਦੀ ਹੋਲੀ ਖੇਡੀ ਗਈ ਹੈ ਫਰੀਦਕੋਟ ਦੇ ਇੱਕ ਨਿੱਜੀ ਹੋਟਲ 'ਚ। ਹਾਲਾਂਕਿ ਫਰੀਦਕੋਟ ਦੇ ਰਾਧਾ ਕ੍ਰਿਸ਼ਨਾ ਧਾਮ ਦੀ ਹੋਲੀ ਕਾਫ਼ੀ ਮਸ਼ਹੂਰ ਹੈ, ਪਰ ਇਸ ਵਾਰ ਲੋਕਾਂ ਨੇ ਕੁਝ ਵੱਖਰੇ ਢੰਗ ਨਾਲ ਹੋਲੀ ਨੂੰ ਸੈਲੀਬ੍ਰੇਟ ਕੀਤਾ। ਹੋਲੀ ਰੰਗਾਂ ਦਾ ਤਿਉਹਾਰ ਹੈ, ਪਰ ਇਸ ਸ਼ਹਿਰ 'ਚ ਲੋਕਾਂ ਨੇ ਵੱਖਰੇ ਹੀ ਢੰਗ ਨਾਲ ਹੋਲੀ ਦੇ ਤਿਉਹਾਰ ਨੂੰ ਸੈਲੀਬ੍ਰੇਟ ਕੀਤਾ। ਟਮਾਟਰਾਂ ਨਾਲ ਹੋਲੀ ਖੇਡ ਕੇ ਵੀਅਤਨਾਮ ਦੀ ਤਰਸ 'ਤੇ ਟਮਾਟਰਾਂ ਨਾਲ ਹੋਲੀ ਖੇਡੀ ਗਈ ਹੈ। ਇਸ ਸਮਾਗਮ 'ਚ ਹਰ ਉਮਰ ਦੇ ਵਿਅਕਤੀ ਨੇ ਭਾਗ ਲਿਆ, ਖਾਸ ਕਰ ਨੌਜਵਾਨਾਂ ਅਤੇ ਬੱਚਿਆਂ ਨੇ ਟਮਾਟਰਾਂ ਦੀ ਹੋਲੀ ਦਾ ਖੂਬ ਲੁਫ਼ਤ ਉਠਾਇਆ। ਇਸ ਮੌਕੇ ਵੱਖ ਵੱਖ ਪੰਜਾਬੀ ਅਤੇ ਹਿੰਦੀ ਗੀਤਾਂ 'ਤੇ ਨੌਜਵਾਨ ਲੜਕੇ ਲੜਕੀਆਂ ਥਿਰਕਦੇ ਵੀ ਨਜ਼ਰ ਆਏ। ਇਹ ਟਮਾਟਰਾਂ ਦੀ ਹੋਲੀ ਖੇਡੀ ਗਈ ਹੈ ਫਰੀਦਕੋਟ ਦੇ ਇੱਕ ਨਿੱਜੀ ਹੋਟਲ 'ਚ। ਹਾਲਾਂਕਿ ਫਰੀਦਕੋਟ ਦੇ ਰਾਧਾ ਕ੍ਰਿਸ਼ਨਾ ਧਾਮ ਦੀ ਹੋਲੀ ਕਾਫ਼ੀ ਮਸ਼ਹੂਰ ਹੈ, ਪਰ ਇਸ ਵਾਰ ਲੋਕਾਂ ਨੇ ਕੁਝ ਵੱਖਰੇ ਢੰਗ ਨਾਲ ਹੋਲੀ ਨੂੰ ਸੈਲੀਬ੍ਰੇਟ ਕੀਤਾ। ਹੋਲੀ ਰੰਗਾਂ ਦਾ ਤਿਉਹਾਰ ਹੈ, ਪਰ ਇਸ ਸ਼ਹਿਰ 'ਚ ਲੋਕਾਂ ਨੇ ਵੱਖਰੇ ਹੀ ਢੰਗ ਨਾਲ ਹੋਲੀ ਦੇ ਤਿਉਹਾਰ ਨੂੰ ਸੈਲੀਬ੍ਰੇਟ ਕੀਤਾ। ਟਮਾਟਰਾਂ ਨਾਲ ਹੋਲੀ ਖੇਡ ਕੇ ਵੀਅਤਨਾਮ ਦੀ ਤਰਸ 'ਤੇ ਟਮਾਟਰਾਂ ਨਾਲ ਹੋਲੀ ਖੇਡੀ ਗਈ ਹੈ। ਇਸ ਸਮਾਗਮ 'ਚ ਹਰ ਉਮਰ ਦੇ ਵਿਅਕਤੀ ਨੇ ਭਾਗ ਲਿਆ, ਖਾਸ ਕਰ ਨੌਜਵਾਨਾਂ ਅਤੇ ਬੱਚਿਆਂ ਨੇ ਟਮਾਟਰਾਂ ਦੀ ਹੋਲੀ ਦਾ ਖੂਬ ਲੁਫ਼ਤ ਉਠਾਇਆ। ਇਸ ਮੌਕੇ ਵੱਖ ਵੱਖ ਪੰਜਾਬੀ ਅਤੇ ਹਿੰਦੀ ਗੀਤਾਂ 'ਤੇ ਨੌਜਵਾਨ ਲੜਕੇ ਲੜਕੀਆਂ ਥਿਰਕਦੇ ਵੀ ਨਜ਼ਰ ਆਏ। ਇਹ ਟਮਾਟਰਾਂ ਦੀ ਹੋਲੀ ਖੇਡੀ ਗਈ ਹੈ ਫਰੀਦਕੋਟ ਦੇ ਇੱਕ ਨਿੱਜੀ ਹੋਟਲ 'ਚ। ਹਾਲਾਂਕਿ ਫਰੀਦਕੋਟ ਦੇ ਰਾਧਾ ਕ੍ਰਿਸ਼ਨਾ ਧਾਮ ਦੀ ਹੋਲੀ ਕਾਫ਼ੀ ਮਸ਼ਹੂਰ ਹੈ, ਪਰ ਇਸ ਵਾਰ ਲੋਕਾਂ ਨੇ ਕੁਝ ਵੱਖਰੇ ਢੰਗ ਨਾਲ ਹੋਲੀ ਨੂੰ ਸੈਲੀਬ੍ਰੇਟ ਕੀਤਾ। ਹੋਲੀ ਰੰਗਾਂ ਦਾ ਤਿਉਹਾਰ ਹੈ, ਪਰ ਇਸ ਸ਼ਹਿਰ 'ਚ ਲੋਕਾਂ ਨੇ ਵੱਖਰੇ ਹੀ ਢੰਗ ਨਾਲ ਹੋਲੀ ਦੇ ਤਿਉਹਾਰ ਨੂੰ ਸੈਲੀਬ੍ਰੇਟ ਕੀਤਾ। ਟਮਾਟਰਾਂ ਨਾਲ ਹੋਲੀ ਖੇਡ ਕੇ ਵੀਅਤਨਾਮ ਦੀ ਤਰਸ 'ਤੇ ਟਮਾਟਰਾਂ ਨਾਲ ਹੋਲੀ ਖੇਡੀ ਗਈ ਹੈ। ਇਸ ਸਮਾਗਮ 'ਚ ਹਰ ਉਮਰ ਦੇ ਵਿਅਕਤੀ ਨੇ ਭਾਗ ਲਿਆ, ਖਾਸ ਕਰ ਨੌਜਵਾਨਾਂ ਅਤੇ ਬੱਚਿਆਂ ਨੇ ਟਮਾਟਰਾਂ ਦੀ ਹੋਲੀ ਦਾ ਖੂਬ ਲੁਫ਼ਤ ਉਠਾਇਆ। ਇਸ ਮੌਕੇ ਵੱਖ ਵੱਖ ਪੰਜਾਬੀ ਅਤੇ ਹਿੰਦੀ ਗੀਤਾਂ 'ਤੇ ਨੌਜਵਾਨ ਲੜਕੇ ਲੜਕੀਆਂ ਥਿਰਕਦੇ ਵੀ ਨਜ਼ਰ ਆਏ। ਇਹ ਟਮਾਟਰਾਂ ਦੀ ਹੋਲੀ ਖੇਡੀ ਗਈ ਹੈ ਫਰੀਦਕੋਟ ਦੇ ਇੱਕ ਨਿੱਜੀ ਹੋਟਲ 'ਚ। ਹਾਲਾਂਕਿ ਫਰੀਦਕੋਟ ਦੇ ਰਾਧਾ ਕ੍ਰਿਸ਼ਨਾ ਧਾਮ ਦੀ ਹੋਲੀ ਕਾਫ਼ੀ ਮਸ਼ਹੂਰ ਹੈ, ਪਰ ਇਸ ਵਾਰ ਲੋਕਾਂ ਨੇ ਕੁਝ ਵੱਖਰੇ ਢੰਗ ਨਾਲ ਹੋਲੀ ਨੂੰ ਸੈਲੀਬ੍ਰੇਟ ਕੀਤਾ। ਹੋਲੀ ਰੰਗਾਂ ਦਾ ਤਿਉਹਾਰ ਹੈ, ਪਰ ਇਸ ਸ਼ਹਿਰ 'ਚ ਲੋਕਾਂ ਨੇ ਵੱਖਰੇ ਹੀ ਢੰਗ ਨਾਲ ਹੋਲੀ ਦੇ ਤਿਉਹਾਰ ਨੂੰ ਸੈਲੀਬ੍ਰੇਟ ਕੀਤਾ। ਟਮਾਟਰਾਂ ਨਾਲ ਹੋਲੀ ਖੇਡ ਕੇ ਵੀਅਤਨਾਮ ਦੀ ਤਰਸ 'ਤੇ ਟਮਾਟਰਾਂ ਨਾਲ ਹੋਲੀ ਖੇਡੀ ਗਈ ਹੈ। ਇਸ ਸਮਾਗਮ 'ਚ ਹਰ ਉਮਰ ਦੇ ਵਿਅਕਤੀ ਨੇ ਭਾਗ ਲਿਆ, ਖਾਸ ਕਰ ਨੌਜਵਾਨਾਂ ਅਤੇ ਬੱਚਿਆਂ ਨੇ ਟਮਾਟਰਾਂ ਦੀ ਹੋਲੀ ਦਾ ਖੂਬ ਲੁਫ਼ਤ ਉਠਾਇਆ। ਇਸ ਮੌਕੇ ਵੱਖ ਵੱਖ ਪੰਜਾਬੀ ਅਤੇ ਹਿੰਦੀ ਗੀਤਾਂ 'ਤੇ ਨੌਜਵਾਨ ਲੜਕੇ ਲੜਕੀਆਂ ਥਿਰਕਦੇ ਵੀ ਨਜ਼ਰ ਆਏ। ਇਹ ਟਮਾਟਰਾਂ ਦੀ ਹੋਲੀ ਖੇਡੀ ਗਈ ਹੈ ਫਰੀਦਕੋਟ ਦੇ ਇੱਕ ਨਿੱਜੀ ਹੋਟਲ 'ਚ। ਹਾਲਾਂਕਿ ਫਰੀਦਕੋਟ ਦੇ ਰਾਧਾ ਕ੍ਰਿਸ਼ਨਾ ਧਾਮ ਦੀ ਹੋਲੀ ਕਾਫ਼ੀ ਮਸ਼ਹੂਰ ਹੈ, ਪਰ ਇਸ ਵਾਰ ਲੋਕਾਂ ਨੇ ਕੁਝ ਵੱਖਰੇ ਢੰਗ ਨਾਲ ਹੋਲੀ ਨੂੰ ਸੈਲੀਬ੍ਰੇਟ ਕੀਤਾ। ਹੋਲੀ ਰੰਗਾਂ ਦਾ ਤਿਉਹਾਰ ਹੈ, ਪਰ ਇਸ ਸ਼ਹਿਰ 'ਚ ਲੋਕਾਂ ਨੇ ਵੱਖਰੇ ਹੀ ਢੰਗ ਨਾਲ ਹੋਲੀ ਦੇ ਤਿਉਹਾਰ ਨੂੰ ਸੈਲੀਬ੍ਰੇਟ ਕੀਤਾ। ਟਮਾਟਰਾਂ ਨਾਲ ਹੋਲੀ ਖੇਡ ਕੇ ਵੀਅਤਨਾਮ ਦੀ ਤਰਸ 'ਤੇ ਟਮਾਟਰਾਂ ਨਾਲ ਹੋਲੀ ਖੇਡੀ ਗਈ ਹੈ। ਇਸ ਸਮਾਗਮ 'ਚ ਹਰ ਉਮਰ ਦੇ ਵਿਅਕਤੀ ਨੇ ਭਾਗ ਲਿਆ, ਖਾਸ ਕਰ ਨੌਜਵਾਨਾਂ ਅਤੇ ਬੱਚਿਆਂ ਨੇ ਟਮਾਟਰਾਂ ਦੀ ਹੋਲੀ ਦਾ ਖੂਬ ਲੁਫ਼ਤ ਉਠਾਇਆ। ਇਸ ਮੌਕੇ ਵੱਖ ਵੱਖ ਪੰਜਾਬੀ ਅਤੇ ਹਿੰਦੀ ਗੀਤਾਂ 'ਤੇ ਨੌਜਵਾਨ ਲੜਕੇ ਲੜਕੀਆਂ ਥਿਰਕਦੇ ਵੀ ਨਜ਼ਰ ਆਏ। ਇਹ ਟਮਾਟਰਾਂ ਦੀ ਹੋਲੀ ਖੇਡੀ ਗਈ ਹੈ ਫਰੀਦਕੋਟ ਦੇ ਇੱਕ ਨਿੱਜੀ ਹੋਟਲ 'ਚ। ਹਾਲਾਂਕਿ
ਕਿਹਾ ਕਿ ਫਰੀਦਕੋਟ ਦੇ ਰਾਧਾ ਕ੍ਰਿਸ਼ਨਾ ਧਾਮ ਦੀ ਹੋਲੀ ਕਾਫੀ ਮਸ਼ਹੂਰ ਹੈ, ਪਰ ਇਸ ਵਾਰ ਲੋਕਾਂ ਨੇ ਕੁਝ ਵੱਖਰੇ ਢੰਗ ਨਾਲ ਹੋਲੀ ਨੂੰ ਸੈਲੀਬ੍ਰੇਟ ਕੀਤਾ। ਹੋਲੀ ਰੰਗਾਂ ਦਾ ਤਿਉਹਾਰ ਹੈ, ਪਰ ਇਸ ਸ਼ਹਿਰ 'ਚ ਲੋਕਾਂ ਨੇ ਵੱਖਰੇ ਹੀ ਢੰਗ ਨਾਲ ਹੋਲੀ ਦੇ ਤਿਉਹਾਰ ਨੂੰ ਸੈਲੀਬ੍ਰੇਟ ਕੀਤਾ। ਟਮਾਟਰਾਂ ਨਾਲ ਹੋਲੀ ਖੇਡ ਕੇ ਵੀਅਤਨਾਮ ਦੀ ਤਰਸ ਤੇ ਟਮਾਟਰਾਂ ਨਾਲ ਹੋਲੀ ਖੇਡੀ ਗਈ ਹੈ। ਇਸ ਸਮਾਗਮ 'ਚ ਹਰ ਉਮਰ ਦੇ ਵਿਅਕਤੀ ਨੇ ਭਾਗ ਲਿਆ, ਖਾਸ ਕਰ ਨੌਜਵਾਨਾਂ ਅਤੇ ਬੱਚਿਆਂ ਨੇ ਟਮਾਟਰਾਂ ਦੀ ਹੋਲੀ ਦਾ ਖੂਬ ਲੁਫ਼ਤ ਉਠਾਇਆ। ਇਸ ਮੌਕੇ ਵੱਖ ਵੱਖ ਪੰਜਾਬੀ ਅਤੇ ਹਿੰਦੀ ਗੀਤਾਂ ਤੇ ਨੌਜਵਾਨ ਲੜਕੇ ਲੜਕੀਆਂ ਥਿਰਕਦੇ ਵੀ ਨਜ਼ਰ ਆਏ। ਇਹ ਟਮਾਟਰਾਂ ਦੀ ਹੋਲੀ ਖੇਡੀ ਗਈ ਹੈ ਫਰੀਦਕੋਟ ਦੇ ਇੱਕ ਨਿੱਜੀ ਹੋਟਲ 'ਚ। ਹਾਲਾਂਕਿ ਫਰੀਦਕੋਟ ਦੇ ਰਾਧਾ ਕ੍ਰਿਸ਼ਨਾ ਧਾਮ ਦੀ ਹੋਲੀ ਕਾਫੀ ਮਸ਼ਹੂਰ ਹੈ, ਪਰ ਇਸ ਵਾਰ ਲੋਕਾਂ ਨੇ ਕੁਝ ਵੱਖਰੇ ਢੰਗ ਨਾਲ ਹੋਲੀ ਨੂੰ ਸੈਲੀਬ੍ਰੇਟ ਕੀਤਾ।